ਚੰਡੀਗੜ੍ਹ ਵਿੱਚ ਰਹਿਣ ਵਾਲੀ ਇੱਕ ਮੋਡਲ ਨਾਲ ਉਹਦੇ ਪ੍ਰੇਮੀ ਵੱਲੋਂ ਵਿਆਹ ਦਾ ਚਾਂਸਾ ਦੇ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਸੰਬੰਧੀ ਜਦੋਂ ਉਹ ਮੋਡਲ ਪੁਲਿਸ ਦੇ ਕੋਲ ਆਪਣੀ ਰਿਪੋਰਟ ਦਰਜ ਕਰਵਾਉਣ ਗਈ ਤਾਂ ਪੁਲਿਸ ਵੱਲੋਂ ਉਸ ਨੂੰ ਰਾਜਨਾਮੇ ਦੇ ਲਈ ਮਜਬੂਰ ਕੀਤਾ ਗਿਆ ਅਤੇ ਪੈਸੇ ਲੈ ਕੇ ਮਾਮਲੇ ਨੂੰ ਖਤਮ ਕਰਨ ਦੀ ਵੀ ਗੱਲ ਕਹੀ ਗਈ ਸਟਾਰਟਿੰਗ ਵਿੱਚ ਥੋੜੀ ਜਿਹੀ ਚੀਜ਼ ਬੋਲੀ ਗਈ ਸੀ ਕਿ ਕੰਪਨਸੇਸ਼ਨ ਵੀ ਹੁੰਦਾ ਹੈ 4 ਲੱਖ 5 ਲੱਖ ਇਹ ਚੀਜ਼ਾਂ ਹੁੰਦੀਆਂ ਤੋਂ ਲੇਕਿਨ ਮੈਨੂੰ ਪੈਸਾ ਨਹੀਂ ਚਾਹੀਏ ਮੈਂ ਤਾਂ ਖੁਦ ਉਸ ਲੜਕੇ 'ਤੇ ਪੈਸਾ ਖਰਚ ਕੀਤਾ ਤਾਂ ਮੈਂ ਪੈਸਾ ਕਹਾਂਸੇ ਲੂੰਗੀ ਫਿਲਹਾਲ ਸੈਕਟਰ 16 ਉਸ ਦਾ ਮੈਡੀਕਲ ਕਰਵਾ ਕੇ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ